ਚਾਏ ਭਾਣ ਮੁਗਾਵਾਂ ਤਾਂ ਲੈ ਚਾਏ ਮੁਗਾਨੇ ਆ ਕੀ ਕੀਤਾ ਇਸ ਸਵੇਰ ਦਾ ਯਾਰ ਤੁਸੀਂ ਕੀ ਹੋਇਆ ਕੀ ਕੰਮ ਹੈ ਭਾਈ ਨਾ 8 ਵਜੇ ਦਾ ਆ ਕੇ ਬੈਠੇ ਆ ਇਹ 3 ਵਜੇ ਗਾਹਕ ਆਇਆ ਮੈਂ ਤਾਂ ਹੈਰਾਨ ਆ ਗਾਹਕ ਗਏ ਕਿੱਥੇ ਆ ਇਹ ਨਾਲ ਦਿਆਂ ਦਾ ਵੀ ਉਹੀ ਹਾਲ ਆ ਹਾਂ ਸਾਰੀ ਗੱਲ ਮਾਰਕੀਟ ਦੇ ਨਾਲ ਹੀ ਚੱਲਣਾ ਹਾਂ ਲੇਕਿਨ ਸਮਝ ਨਹੀਂ ਆ ਰਹੀ ਮਹਿੰਗਾਈ ਇੰਨੀ ਹੋ ਗਈ ਹੈ ਭਾਈ ਨੂੰ ਤੁਹਾਨੂੰ ਪਤਾ ਕੰਮ ਉਹਨੇ ਹੀ ਕਰਾਉਣਾ ਜਿਹਦੇ ਕੋਲ ਪੈਸੇ ਆ ਹੁਣ ਤਾਂ ਜਿਹੜੇ ਬੰਦੇ ਨੂੰ ਮੈਂ ਹੁਣ ਫੋਨ ਕੱਢ ਕੇ ਕੱਢਿਆ ਬਿੱਲੂ ਨੂੰ ਮੈਂ ਕਿਹਾ ਆਏ ਨਹੀਂ ਹੈਗੇ ਕਹਿੰਦੇ ਯਾਰ ਹਾਲਾਤ ਹੀ ਬੜੇ ਇੰਜ ਦੇ ਹੋਏ ਆ ਐਤਕੀ ਫੇਸ਼ੀਅਲ ਨਹੀਂ ਕਰਾਉਣਾ ਸ਼ੇਪ ਸ਼ੂਪ ਕਰਾਉਣਾ ਉਹਨੇ ਮੈਂ ਕਿਹਾ ਚਲੋ ਕੋਈ ਨਹੀਂ ਅਗਲੀ ਵਾਰੀ ਕਰ ਲਾਂਗੇ 700 ਦੇ ਕੰਮ ਕੀਤਾ ਤੂੰ ਭਾਜੀ ਸ਼ੁਕਰ ਕਰੋ 700 ਵੀ ਆ ਗਿਆ 3 ਵਜੇ ਆਏ ਗਾਹਕ 200 ਵਿੱਚ ਪਿਆ 500 ਦੇ ਆਪ ਹੀ ਰੋਟੀ ਰੋਟੀ ਖਾ ਕੁਛ ਨਹੀਂ ਭਾਈ ਨੇ 350 ਰੁਪਇਆ ਉਹਨਾਂ ਨੂੰ ਦੇ ਦਿੱਤਾ ਖਾਣਾ ਮੰਗਵਾਇਆ ਸੀ ਉਹ ਵੀ 200 ਰੁਪਏ ਮੰਗਵਾਏ ਤਾਂ ਅਸੀਂ ਖਾ ਲਿਆ ਦੋ ਚਾਵਾਂ ਮੰਗਵਾਈਆਂ ਖਰਚਾ ਤਾਂ ਇੰਨਾ ਹੋਇਆ ਹੀ ਨਹੀਂ ਹੈ ਬਿਸਮਿਲਾ ਜੀ ਭਾਈ ਜਾਨ ਆਓ ਆਓ ਗਾਹਕ ਦੇਖੋ ਯਾਰ ਬਿਸਮਿਲਾ ਆ ਜਾਓ ਭਾਈ ਨੇ ਆ ਜਾਓ ਭਾਈ ਜਾਨ ਕੀ ਹਾਲ ਚਾਲ ਠੀਕ ਠਾਕ ਹਾਂ ਅਲਹਮਦੁਲਿਲਾ ਅੱਛਾ ਭਾਈ ਜਾਨ ਇਸ ਤਰ੍ਹਾਂ ਕਿ ਦੁਲਹਾ ਤਿਆਰ ਕਰਨਾ ਵਾ ਹਾਂਜੀ ਹੋ ਜਾਏਗਾ ਦੱਸੋ ਪਾਣੀ ਸ਼ਾਨੀ ਕੀ ਬਸ ਮਿਹਰਬਾਨੀ ਪਾਣੀ ਦਾ ਟਾਈਮ ਨਹੀਂ ਨਹੀਂ ਬਸ ਮਿਹਰਬਾਨੀ ਅਸੀਂ ਪਹੁੰਚਣਾ 12 ਵਜੇ ਭਾਈ ਜਾਨ ਤੇ ਸਿਰਫ ਨਹੀਂ ਚਾਹੀ ਨਹੀਂ ਹੈਗੀ ਪਲੀਜ਼ ਜ਼ਰੂਰਤ ਨਹੀਂ ਹੈ ਚਾਹੀ ਦੀ ਸਿਰਫ ਨਾ ਤੁਸੀਂ ਦੁਲਹਾ ਤਿਆਰ ਕਰ ਦਿਓ 2-3 ਘੰਟੇ 'ਚ ਤਿਆਰ ਹੋ ਜਾਏਗਾ ਦੁਲਹਾ 2 ਘੰਟੇ 'ਚ ਹੋ ਜਾਏ ਅੱਛਾ ਤੇ ਪੈਸੇ ਕਿੰਨੇ ਲਓਗੇ ਪੈਸੇ ਭਾਈ ਨੂੰ ਕੋਈ ਗੱਲ ਨਹੀਂ ਤੁਸੀਂ ਬੁਲਾਓ ਉਹਨਾਂ ਨੂੰ ਨਹੀਂ 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 ਭਾਜੀ ਪਤਾ ਕੀ ਤੁਸੀਂ ਭਾਈ ਕਿ ਸਾਡੇ ਤੁਹਾਡੀ ਵੀ ਮਿਹਨਤ ਆ 25,000 ਰੁਪਏ ਲੈਂਦੇ ਤੁਸੀਂ ਜੋ ਜ਼ਰਾ ਦਿਲ ਕਰੇ ਨੋ ਪ੍ਰੋਬਲਮ 25 ਤਾਂ ਮੈਂ ਤੁਹਾਨੂੰ 30 ਵੀ ਦੇ ਦਾਂਗਾ ਲੇਕਿਨ 2 ਘੰਟੇ 'ਚ ਤਿਆਰ ਕਰ ਹਾਂਜੀ ਹਾਂਜੀ ਤੁਸੀਂ ਪਤਾ ਕੀ ਹੈ ਤੁਸੀਂ ਭਾਈ ਉਹ ਸਫ਼ਰ ਹੈਗਾ ਦੂਰ ਦਾ ਜੀ ਜੀ ਠੀਕ ਆ ਤੇ ਹੋਰ ਤੁਹਾਨੂੰ ਪਤਾ ਅੱਜ ਕੱਲ੍ਹ ਰਸ਼ ਦਾ ਵੀ ਹਾਲ ਹੈ ਮੈਂ ਹੀ ਅੱਗੇ ਵਧਿਆ ਪਿਆ ਵਾ ਨਹੀਂ ਨਹੀਂ ਤੇ ਮਿਹਰਬਾਨੀ ਬਸ ਮੈਂ ਦੁਲਹੇ ਨੂੰ ਬੁਲਾ ਲਵਾਂ ਜੀ ਜੀ ਬੁਲਾ ਲਓ ਤੇ ਇੱਕ ਜ਼ੇਨ 'ਚ ਰੱਖਣਾ ਜ਼ਰਾ ਰੀਝ ਨਾਲ ਦੁਲਹਾ ਤਿਆਰ ਕਰਨਾ ਮੈਂ ਕਿਹਾ ਭਾਈ ਤੁਸੀਂ ਛੱਡ ਦਿਓ ਇਸ ਗੱਲ ਆਹ ਦੇਖ ਲਓ ਉਹਦਾ ਫੋਨ ਵੀ ਆ ਗਿਆ ਹਾਂ ਰਾਣਾ ਅੱਛਾ ਆਪਣੀ ਦੁਕਾਨ ਦਾ ਕੀ ਨਾਮ ਭਾਜੀ BBS ਹਾਂ BBS ਸਲੋਨ ਇਕਬਾਲ ਸਟੇਡੀਅਮ ਆ 5 ਨੰਬਰ ਗੇਟ ਦੇ ਨਾਲ 5 ਨੰਬਰ ਗੇਟ ਜੀ ਜੀ ਹਾਂ ਉੱਥੇ ਪਹੁੰਚ ਮੇਰਾ ਵੀਰ ਉਹ ਜਲਦੀ ਆ ਜਾ ਹੋ ਗਈ ਗੱਲ ਭਰਾਵਾ 2 ਘੰਟੇ 'ਚ ਕਰ ਦੇਣਗੇ ਤਿਆਰ ਤੈਨੂੰ ਭਾਈ ਦਾ ਨਾਂ ਲੈ ਲਓ ਬਾਬਰ ਭਾਈ ਦੇ ਹਾਂ ਉਹ ਤਾਂ ਪੁੱਛ ਲਈ ਕਿ ਬਾਬਰ ਸਾਹਿਬ ਨੇ ਇੱਥੇ BBS ਸਲੋਨ ਵਾਲੇ ਹਾਂਜੀ ਲਓ ਭਾਈ ਜਨ ਦੁਲਹਾ ਵੀ ਆ ਰਿਹਾ ਤੇ ਉਹਨਾਂ ਜੇਕਰ ਤੁਸੀਂ ਜਰਾ ਤਿਆਰੀ ਕਰ ਲਓ ਨਹੀਂ ਨਹੀਂ ਕੋਈ ਗੱਲ ਨਹੀਂ ਤਿਆਰੀ ਭਾਜੀ ਕੀ ਕਰਨੀ ਬੈਠਕਾ ਲਾਉਣੀ ਹੈ ਨਹੀਂ ਉਹ ਪਤਾ ਬੁਲਾਓ ਕੋਈ ਐਸੀ ਗੱਲ ਅੱਛਾ ਉਹ ਸੂਟ ਪਤਾ ਕੀ ਇਦਾਂ ਦਾ ਮੇਰਾ ਭਾਈ ਤਿਆਰ ਕਰਨਾ ਕਿਉਂਕਿ ਸਰ ਤੁਹਾਨੂੰ ਕੰਮ ਕਰਕੇ ਦਿਖਾਵਾਂਗੇ ਤੁਹਾਨੂੰ ਮਜ਼ਾ ਆਏਗਾ ਉਹਦਾ ਚਿਹਰਾ ਇਹਨੇ ਕਿਹਾ ਲਿਸ਼ ਕੇ ਪਤਾ ਲੱਗੇ ਵੀ ਅੱਗੇ ਤੁਹਾਨੂੰ ਗੁਰੇ ਆਲਾਮਾ ਆਇਆ ਸਾਡੇ ਨਹੀਂ ਬਿਲਕੁਲ ਇਦਾਂ ਜਦੋਂ ਵੀ ਆਏ ਤੁਹਾਡੇ ਕੋਲ ਅੱਛਾ ਸੀਨ ਇਹ ਆ ਕਿ ਉਹਦੀ ਸ਼ੇਰਵਾਨੀ ਹੈਗੀ ਹੈ ਲਾਈਟ ਜਿਹੜੀ ਹਲਕੀ ਗੁਲਾਬੀ ਜਿਹੀ ਆ ਉਸ ਹਿਸਾਬ ਨਾਲ ਤੁਸੀਂ ਫੇਸ ਨਾਲ ਉਹਦਾ ਤਿਆਰ ਕਰਨਾ ਸਰ ਕੋਈ ਐਸੀ ਗੱਲ ਹੀ ਨਹੀਂ ਹੈ ਮਿਹਰਬਾਨੀ ਤੁਹਾਡੀ ਇਹਨੇ ਕਿ ਉਹ ਜ਼ਿਆਦਾ ਓਵਰ ਨਾ ਲੱਗੇ ਨਹੀਂ 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 ਸ਼ੇਰਵਾਨੀ ਮੋਦੀ ਅੱਛੀ ਲਈ ਭਜਨ ਕਿੱਥੋਂ ਬਣਵਾਈ ਕਿੱਥੋਂ ਮੈਂ ਭਾਈ ਨਾ ਮੇਨ ਤੋਂ ਬਣਵਾਈ ਹੈ 4.5 ਲੱਖ ਰੁਪਏ ਭਾਈ ਡੀ ਗਰਾਊਂਡ ਬਣਵਾਈ ਅੱਛਾ ਹਾਂਜੀ ਭਾਈ ਨੇ ਡੀ ਮਹਿੰਗੀ ਭਾਈ ਨੂੰ ਭਰਾ ਵੀ ਸਾਡਾ ਤੁਸੀਂ ਦੇਖੋਗੇ ਦੋਸਤ ਤੁਹਾਡੀ ਤਬੀਅਤ ਖੁਸ਼ ਹੋ ਜਾਏਗੀ ਨਹੀਂ ਬਣਾ ਸਕਦੇ ਔਰ ਉਹ ਖੁੱਸਾ 1,60,000 ਰੁਪਏ ਦਾ ਨਾਲੇ ਤੁਹਾਨੂੰ ਪਤਾ ਇਹ ਕਿਹੜੇ ਦਿਨ ਬਾਰ-ਬਾਰ ਆਉਂਦੇ ਅੱਲਾ ਤੁਹਾਡਾ ਭਲਾ ਕਰੇ ਓਏ ਆ ਜਾ ਭਰਾਵਾ ਕਿੱਥੇ ਰਹਿ ਗਏ ਆ ਖੁੱਸਾ 1,60,000 ਦਾ ਭਾਜੀ ਇੱਥੋਂ ਬਣਾਇਆ ਹਾਂਜੀ ਫੈਸਲਾ ਤਿੱਲਾ ਆਲਾ ਕਿਸਮ ਦਾ ਭਾਜੀ ਤਿੱਲਾ ਔਰ ਮੋਤੀ ਲੱਗੇ ਨੇ ਸੁੱਚੇ ਮੋਤੀ ਕਰਾਚੀੋਂ ਮੰਗਵਾਏ ਭਾਜੀ ਕਰਾਚੀੋਂ ਬਣਿਆ ਹਾਂਜੀ ਨਹੀਂ ਬਣਿਆ ਇੱਥੋਂ ਫੈਸਲਾਬਾਦ ਤੋਂ ਹੀ ਆ ਮੋਤੀ ਕਰਾਚੀੋਂ ਮੰਗਵਾਏ ਅੱਛਾ ਅੱਛਾ ਹਾਂਜੀ ਹਾਂਜੀ ਮੈਂ ਉਹਨੂੰ ਬੁਲਾ ਲਵਾਂ ਕਿੱਥੇ ਰਹਿ ਗਿਆ ਮਾਸ਼ਾਅੱਲਾ ਮੈਂ ਸ਼ਾਦੀ ਰੀਝ ਨਾਲ ਕਰ ਰਹੇ ਭਾਜੀ ਪਤਾ ਕੀ ਹੈ ਪਹਿਲੀ ਸ਼ਾਦੀ ਫੰਕਸ਼ਨ ਹੋ ਰਿਹਾ ਕੋਈ ਪ੍ਰੋਗਰਾਮ ਵਗੈਰਾ ਪ੍ਰੋਗਰਾਮ ਰਾਤੀ ਸੀ ਮਹਿੰਦੀ ਤੇ ਭਾਜੀ ਅੱਛਾ ਹਾਂਜੀ ਤੁਸੀਂ ਕਿਤੇ ਆਉਂਦੇ ਤੁਹਾਨੂੰ ਅਸਲ 'ਚ ਤੁਸੀਂ ਮਸਰੂਫ ਆਦਮੀ ਹੈ ਤੁਹਾਡੇ ਕੋਲ ਟਾਈਮ ਨਹੀਂ ਸੀ ਹੋਣਾ ਮੈਂ ਕਿ ਕੱਲ ਕੰਮ ਦਾ ਦੇ ਨਹੀਂ ਤੁਸੀਂ ਭਾਈ ਨੂੰ ਤੁਹਾਨੂੰ ਫੋਨ ਕਰ ਦੇ ਕੋਈ ਮਸਲਾ ਔਰ ਕੁਆਲੀ ਨਾਈਟ ਰੱਖੀ ਸੀ ਭਾਜੀ ਅੱਛਾ ਹਾਂ ਮੇਰਾ ਖਿਆਲ ਹੈ 30-40 ਲੱਖ ਰੁਪਏ ਭਾਈ ਜਾਨ ਉੱਥੇ ਮਾਸ਼ਾਅੱਲਾ ਹਾਂ ਉਹ ਨਸੀਬ ਲੈ ਕੇ ਗਏ ਭਾਜੀ ਬਿਲਕੁਲ ਠੀਕ ਤੇ ਬਾਕੀ ਮੈਂ ਤੁਹਾਨੂੰ 30,000 ਰੁਪਏ ਦੇਣਾ ਤੁਹਾਡੀ ਮੇਰੀ ਡਨ ਹੋ ਗਈ ਹੈ ਤੇ ਦੁੱਲਾ ਅੱਛੇ ਤਰੀਕੇ ਨਾਲ ਤਿਆਰ ਕਰ ਭਾਈ ਤੁਸੀਂ ਬੇਫਿਕਰ ਹੋ ਜਾਓ ਟੈਨਸ਼ਨ ਹੀ ਕੋਈ ਨਹੀਂ ਹੈਗੀ ਤੇ ਮੈਂ ਉਹਨੂੰ ਲੈ ਮੈਂ ਦੁੱਲੇ ਲੈ ਆਓ ਲੈ ਲੈ ਬੁਲਾਲ ਫੋਨ ਤੇ ਓਏ ਉਹ ਕਿੱਧਰ ਹੁਣਾਂਗੇ 1 ਮਿੰਟ ਭਾਈ ਬੁਲਾ ਲਓ ਕੋਈ ਨਹੀਂ ਭਾਈ ਕਿੱਧਰ ਚਲਾ ਗਿਆ ਯਾਰ ਇਹ ਅੱਗੇ ਵੀ ਕੰਮ ਸਾਡੇ ਕੋਲ ਕਰਾਉਂਦੇ ਰਹੇ ਭਾਈ ਹਾਂ ਮਾਸ਼ਾਅੱਲਾ ਕਾਰੋਬਾਰ ਇਹਨਾਂ ਦਾ ਠੀਕ ਹੈਗਾ 6-7 ਭਰਾ ਆ ਮੇਰਾ ਹੈ ਲੇਕਿਨ ਇਹ ਜਿਹੜਾ ਐਮਏ ਕੋ ਕੰਮ ਕਰਾਉਂਦਾ ਹੈ ਨਾ ਹਾਂ ਜੀਦਾਰ ਪੈਸੇ ਦੇਣ 'ਚ ਵੀ ਚੱਲਦੇ ਇਹ ਇਹ ਪਿਛਲੀ ਵਾਰੀ ਵੀ ਕਰਵਾ ਗਿਆ ਸੀ ਜਿਹੜਾ ਤੁਸੀਂ ਲਿਆ ਮੰਗਵਾਇਆ ਨਹੀਂ ਸੀ ਮੈਂ ਉਹ ਪਹਿਲਾਂ ਉਹ ਕੀਤਾ ਸੀ ਕਿੱਥੇ ਰਹਿ ਗਿਆ ਵੇ ਇਹਨੂੰ ਉਹ ਤੇਰਾ ਭਲਾ ਹੋ ਜਾਂਦਾ ਅੰਦਰ ਬੈਠਾ ਜਾ ਕੇ ਹਾਂਜੀ ਕਰੋ ਕੰਮ ਸ਼ੁਰੂ ਭਾਜੀ ਹਾਂਜੀ ਕੰਮ ਸ਼ੁਰੂ ਆ ਗਿਆ ਬੁਲਾ ਲੈ ਭਾਈ ਦੁੱਲਾ ਆਏਗਾ ਤਾਂ ਸ਼ੁਰੂ ਹੋਵਾਂਗੇ ਹੁਣ ਬੁਲਾ ਲਓ ਉਹਨਾਂ ਨੂੰ ਭਾਜੀ ਦੁੱਲਾ ਆ ਤਾਂ ਗਿਆ ਤੁਹਾਨੂੰ
ਕਿੱਥੇ ਆਇਆ ਹੈ ਭਾਜੀ ਇਹ ਦੁਲਹਾ ਹੀ ਹੈ ਦੋਸਤ ਇਹਨਾਂ ਨੂੰ ਮੈਂ ਲੈਣ ਗਿਆ ਸੀ ਅੱਜ ਇਹਨਾਂ ਦੀ ਸ਼ਾਦੀ ਹੈ ਹਾਂਜੀ ਇਹਨਾਂ ਦੀ ਸ਼ਾਦੀ ਹੈ ਅੱਜ ਭਾਜੀ ਰਾਤੀ ਮਹਿੰਦੀ ਸੀ ਇਹਨਾਂ ਦੀ ਦੱਸ ਰਿਹਾ ਸੀ ਤੁਹਾਨੂੰ ਵੀ ਉੱਥੇ ਨਾਈ ਕੁਆਲੀ ਨਾਈਟ ਰੱਖੀ ਸੀ 4.5 ਲੱਖ ਦੀ ਸ਼ੇਰਵਾਨੀ ਇਹਨਾਂ ਵਾਸਤੇ ਹਾਂਜੀ ਭਾਈ ਇਹਨਾਂ 4.5 ਲੱਖ ਦੀ ਸ਼ੇਰਵਾਨੀ ਮੈਂ ਇਹਨਾਂ ਵਾਸਤੇ ਤਿਆਰ ਕਰਵਾਈ 1,60,000 ਦਾ ਖੁੱਸਾ ਹਾਂਜੀ ਕਰਾਚੀ ਮੋਤੀ ਮੰਗਾਏ ਇਹਨਾਂ ਵਾਸਤੇ ਜੀ ਖੁੱਸੇ ਦੇ ਅੱਛਾ ਤੇਲਾ ਭਾਈ ਇਹਨਾਂ ਦੀ ਦਿਨ ਕਿਹੜੇ ਆ ਜੀਣ ਦੇ ਜਿਹੜੇ ਤੁਸੀਂ ਇਹਨਾਂ ਤੇ ਇੰਨਾ ਖਰਚਾ ਕਰਤਾ ਹੈ ਭਾਈ ਜਨ ਕੀ ਹੋਇਆ ਉਹਨਾਂ ਦੀ ਪਹਿਲੀ ਸ਼ਾਦੀ ਹੈ ਪਹਿਲੀ ਸ਼ਾਦੀ ਭਾਜੀ ਖਿਆਲ ਤਾਂ ਕਰੋ ਕੁੜੀ ਜੀ ਜੇ 6 ਦਿਨਾਂ ਬਾਅਦ ਰੰਡੀ ਹੋ ਜਾਵੇ ਰੰਡੀ ਕਿਉਂ ਹੋ ਜਾਵੇ ਭਾਈ ਕੀ ਹੋਇਆ ਆਦੋ ਦੀ ਕੀ ਗਰੰਟੀ ਹੈ ਭਾਈ ਉਹ ਚ ਰਹਿ ਕਿਹੜਾ ਗਿਆ ਗੁੱਸਾ ਨਾ ਕਰੀ ਮੇਰੀ ਗੱਲ ਦਾ ਵੈਸੇ ਮੈਂ ਗੱਲ ਕਰ ਰਿਹਾ ਅੱਛਾ ਵੈਸੇ ਕਰ ਰਿਹਾ ਮੈਂ ਕਿਹਾ ਤੁਸੀਂ ਸੀਰੀਅਸ ਹੋਏ ਨਹੀਂ ਸੀਰੀਅਸ ਨਹੀਂ ਮੈਂ ਵੈਸੇ ਕਹਿ ਰਿਹਾ ਖੁਸ਼ੀ ਦਾ ਟਾਈਮ ਹੈ ਭਾਈ ਤੁਸੀਂ ਕਰੋ ਖੁਸ਼ੀ ਦਾ ਟਾਈਮ ਆ ਅਗਲੇ ਦੇ ਘਰ ਦਾ 8-9 ਦਿਨ ਬਾਅਦ ਗਮੀ ਦੇ ਢੇਰ ਲੱਗ ਜਾਣੇ ਇਹਨਾਂ ਜਿਹਨਾਂ ਨੇ ਬੱਚੀ ਦੇਣੀ ਭਾਈ ਜੀ ਤੁਸੀਂ ਤੁਹਾਡੀ ਮਿਹਰਬਾਨੀ ਤੁਹਾਨੂੰ ਮੈਂ 25,000 ਦਾ 30,000 ਕਿਹਾ ਸੀ ਤੁਸੀਂ ਲਵੋ ਭਾਜੀ ਮੈਂ ਉਹਦੇ ਘੁੱਟ ਕੇ ਹੱਥ ਮਾਰਿਆ ਬੰਦਾ ਮੇਤੇ ਪੈ ਜਾਣਾ ਮੈਨੂੰ ਪਤਾ ਸਾਹ ਨਹੀਂ ਆਉਣੇ ਹੈਗੇ ਨਹੀਂ ਤੁਹਾਡੇ ਤੇ ਭਾਜੀ ਕਿਉਂ ਪੈ ਜਾਣਾ ਵਾ ਤੁਸੀਂ ਇਹਦੇ ਮੂੰਹ ਦੀਆਂ ਸਾਰੀਆਂ ਚੀਜ਼ਾਂ ਕਢਾ ਦਿੱਤੀਆਂ ਭਾਜੀ ਦੁਲਹਾ ਵਾ ਤੁਸੀਂ ਦੁਲਹਾ ਨਹੀਂ ਕਦੀ ਤਿਆਰ ਕੀਤਾ ਲੈ ਤੂੰ ਦੁਲਹਾ ਤਿਆਰ ਕੀਤਾ ਮਈਏ ਤਿਆਰ ਨਹੀਂ ਕਦੀ ਕੀਤੀ ਯਾਰ ਤੁਸੀਂ ਸ਼ੁਰੂ ਕਰੋ ਅਸੀਂ ਅੱਗੇ ਲੇਟ ਮੈਂ ਸ਼ੁਰੂ ਯਾਰ ਹੁਣ ਮੈਂ ਕੀ ਕਰ ਦਵਾਂ ਨੱਕ ਜ਼ਰੂਰ ਦੇ ਦਵਾਂ ਦੁਬਈ ਦਾ ਫਿਸ਼ਨ ਲਵਾ ਦਿਓ ਮੁਸ਼ਕਪੂਰ ਲਾਓ ਉਹ ਭਾਜੀ ਇਹ ਤਾਂ ਮੁਰਦੇ ਨੂੰ ਲਾਈਦਾ ਤੁਸੀਂ ਉਹਨੂੰ ਲਵਾਈ ਜਾਂਦੇ ਨਹੀਂ ਭਾਜੀ ਗੱਲ ਕਰਨ ਵਾਲੀ ਉਹ ਜ਼ਿੰਦਾ ਭਾਜੀ ਤੁਸੀਂ ਕੀ ਕਰਨ ਡਏ ਜੇ ਸਾਨੂੰ ਕੀ ਅਸੀਂ ਕਰਦਾ ਇਧਰ ਆਓ ਤਾਂ ਤਿਆਰ ਕਰੋ ਤੁਹਾਡੀ ਮਿਹਰਬਾਨੀ ਤੁਸੀਂ ਇਹਦੇ ਕੱਪੜਾ ਪਾਓ ਕੱਪੜਾ ਪਾਓ ਲਾਸ਼ ਆ ਇਹ ਭਾਜੀ ਕੈਸੀ ਗੱਲ ਆ ਉਹ ਭਾਜੀ ਮੇਰਾ ਮਤਲਬ ਮੇਰੇ ਉੱਤੇ ਬੱਸ ਲੰਘੀ ਹੈ ਵੀ ਲੋਕਾਂ ਨੇ ਪੁਲਿਸ ਵਾਲਿਆਂ ਨੇ ਬਗੂਆ ਦੇਖਣ ਆਉਣਾ ਭਾਜੀ ਕੰਮ ਸ਼ੁਰੂ ਕਰੋ ਤੁਸੀਂ ਕੰਮ ਕੀ ਸ਼ੁਰੂ ਕਰਾਂ ਮੈਂ ਇਹਦੇ ਤੁਸੀਂ ਰੱਦੇ ਲਾਉਣ ਲੱਗ ਪਾ ਇੱਟਾਂ ਲਾਉਣ ਲੱਗ ਪਵਾਂ ਹੁਣ ਇੱਥੇ ਗੱਲ ਕਰਨ ਨਾਲ ਹੀ ਕਰੋ ਤੂੰ ਰਿਲੈਕਸ ਰਹਿ ਰਹਿਣਾ ਕੋਈ ਰੋਲ ਤੁਸੀਂ ਦੁਨੀਆ ਤੇ ਹੈ ਵੀ ਹੋ ਭਾਜੀ ਉਹ ਭਾਜੀ ਹੈਗਾ ਮੇਰੇ ਕੋਲ ਪੁੱਛੋ ਮੇਰੇ ਨਾਲ ਸਮਝ ਆਉਂਦੀ ਅਸੀਂ ਕੀ ਕਹਿਣ ਡਏ ਉਹ ਹੱਥ ਹਿਲਾ ਇਹਨਾਂ ਨੂੰ ਕਹਿੰਦਾ ਹੈਗਾ ਲੈ ਸਾਰੀ ਗੱਲ ਤਾਂ ਦੱਸ ਕੇ ਕਰਾਉਣ ਡਿਆ ਇਹਦੇ ਬਿਆਨ ਲੈ ਆਖਰੀ ਜਿਹੜੇ ਲੈਣੇ ਲੁਣੇ ਆ ਜੋ ਹਿੱਸੇ ਆਉਂਦਾ ਜਾਇਦਾਦ ਉਹ ਕਰ ਕੁਰ ਲੈ ਉਹ ਭਾਜੀ ਕੀ ਹੋ ਗਿਆ ਤੁਹਾਨੂੰ ਉਹਦਾ ਵਿਆਹ ਵਾ ਕੀ ਖੁਸ਼ੀਆਂ ਦਾ ਉਹ ਮੈਂ ਉਸ ਤਰ੍ਹਾਂ ਕਿੱਥੇ ਉਹਦੇ ਲੈ ਮਾਰ ਦਵਾਂ ਯਾਰ ਤੂੰ ਕਿੱਦਾਂ ਦੀ ਗੱਲ ਕਰੀ ਜਾਣਦੇ ਆ ਭਾਈ ਵੱਖੀ 'ਚ ਮਾਰ ਦੇ ਉਹਦੇ ਵੱਗੀ 'ਚ ਮਾਰ ਦੇ ਤੈਨੂੰ ਕਿਹਾ ਵੀ ਤੂੰ ਪੈਸੇ ਲੈ ਲਈ ਤਿਆਰ ਕਰ ਦੇ ਦੁਲਹਾ ਤਿਆਰ ਯਾਰ ਇਹ ਇਹਦੇ ਹੁਣ ਸਲਵਾਰ ਸੀੜੀ ਦੇ ਦਵਾਂ ਭਾਜੀ ਇਹਦੀ ਸ਼ੇਰਵਾਨੀ 4,50,000 ਵਾਲੀ ਇਹਦੀ ਹੈ ਇਹਨੂੰ 21 ਗਜ਼ ਕੱਪੜਾ ਲੱਗਣਾ ਉਹ ਸ਼ੇਰ ਉਹ ਭਰਾਵਾ ਸ਼ੇਰਵਾਨੀ ਮੰਗਵਾਈ ਜਾਂਦੇ 4.5 ਲੱਖ ਦੇ ਸੀ ਸ਼ੇਰਵਾਨੀ ਤਿਆਰ ਕਰਾਈ ਤੇ ਭਾਗ ਲੈ ਕੇ 4.5 ਲੱਖ ਦੀ ਉਹਦੀ ਸ਼ੇਰਵਾਨੀ 21 ਗਜ਼ ਕੱਪੜਾ ਮੰਗਾਓ ਜਿਹੜਾ ਲੱਗਣਾ ਆ ਤਣੀਆਂ ਤੁਣੀਆਂ ਵੀ 3-4 ਰੁਮਾਲ ਵੀ ਬਣਨੇ ਆ ਯਾਰ ਕਿਤਨੀ ਦੇਰ ਹੈ ਮੈਨੇ ਜਾਣਾ ਵੀ ਹੈ ਤੁਮੇ ਪਤਾ ਜਾਣਾ ਤੇ ਹੁਣ ਭਾਜੀ ਹੁਣ 5 ਸਫਾ ਹੋਣਗੀਆਂ ਤੇ ਫੇਰ ਹੀ ਆ ਉਹ ਭਾਈ ਜੀ ਇੱਕ ਮਿੰਟ ਠਹਿਰੋ ਕੀ ਹੋ ਗਿਆ ਤੁਹਾਨੂੰ ਹਾਂ ਇਹਨਾਂ ਦੇ ਰਾਣਾ ਸਾਹਿਬ ਦੇ ਦੋਸਤ ਯੂਕੇ ਤੋਂ ਵੀ ਆ ਰਹੇ ਨੇ ਮੂੰਹ ਦੇਖਣ ਉਹ ਮੇਰਾ ਮਤਲਬ ਕਿ ਉਹਦਾ ਮੂੰਹ ਜਿਹਾ ਲੱਗ ਰਿਹਾ ਜਿਵੇਂ ਦੰਦਾਂ ਵਾਲੀ ਦੁਕਾਨ ਹੁੰਦੀ ਹੈ ਭਾਜੀ ਮੈਂ ਕਿਹੜੀ ਤੁਸੀਂ ਮਾਈਂਡ ਨਹੀਂ ਕਰਨਾ ਤੁਸੀਂ ਤਿਆਰ ਕਰੋ ਪਲੀਜ਼ ਤੁਹਾਡੀ ਮਿਹਰਬਾਨੀ ਤਿਆਰ ਹੁਣ ਮੈਂ ਕਲਮੇ ਵਾਲੀ ਚੰਦਰ ਪਾਰਵਾ ਮੈਂ ਇਹਨੂੰ ਕੀ ਕਰਾਂ ਹੁਣ ਮੈਨੂੰ ਦੱਸ ਦੇ ਯਾਰ ਤੁਸੀਂ ਦੇਖੋ ਨਾ ਅਫੀਸ਼ੀਅਲ ਕਰੋ ਪਹਿਲੇ ਕੀ ਕਰਦੇ ਹੁਣ ਤੁਹਾਡਾ ਕੰਮ ਹੈ ਮੈਂ ਕੀ ਪਤਾ ਜਿਸਕਾ ਕੰਮ ਉਸੇ ਕੋ ਸਾਜੇ ਹਾਂ ਮੇਰੀ ਸਕਿਨ ਬਹੁਤ ਨਾਜ਼ੁਕ ਹੈ ਮੈਂ ਪਹਿਲੇ ਦੁਬਈ ਸੇ ਕਰਵਾਈ ਸੀ ਤੇ ਮੈਨੂੰ ਐਲਰਜੀ ਹੋ ਗਈ ਸੀ ਪਿਛਲੇ ਕਿੱਥੇ ਖਜਲ ਹੁੰਦੇ ਸਮੁੰਦਰੀ ਵਾਲੀ ਤੇਰੀ ਭੂਆ ਆ ਰਹੀ ਹੈ ਤੇਰਾ ਮੂੰਹ ਦੇਖੇਗੀ ਤੈਨੂੰ ਲੈ ਜਾਵਾਂਗੇ ਭਾਈਜਾਨ ਤੁਸੀਂ ਕਿੱਧਰ ਤੁਰ ਪਏ ਹੋ ਹੋਰ ਸਿਆਲਕੋਟੋਂ ਵੀ ਪ੍ਰਾਹੁਣੇ ਆ ਰਹੇ ਆ ਸਾਰੇ ਆ ਰਹੇ ਆ ਤੁਸੀਂ ਕੱਪੜਾ ਪਾਓ ਯਾਰ ਇੱਥੇ ਉਹ ਕੱਪੜਾ ਕਾਹਦੇ ਪਾਈ ਜਾਵਾਂ ਯਾਰ ਬਕੂਆ ਆ ਇਹ ਮੈਨੂੰ ਦੱਸ ਦੇ ਚਲੋ ਤੁਸੀਂ ਕੱਪੜਾ ਪਾਓ ਇਹਦੇ ਕੱਪੜਾ ਪਾਓ ਯਾਰ ਤੁਸੀਂ ਕੱਪੜਾ ਨਾ ਪਾਓ ਕਟਿੰਗ ਕੁਟਿੰਗ ਸ਼ੁਰੂ ਤੋਂ ਕਰਨਾ ਦੇਖੋ ਕਟਿੰਗ ਮੈਂ ਕਿੱਥੋਂ ਸ਼ੁਰੂ ਕਰ ਦਵਾਂ ਲੇਟ ਹੋ ਗਏ ਆਹ ਦੇਖੋ ਨਾ ਹੈ ਸਾਫ ਕਰ ਜੀ ਭਾਜੀ ਹੁਣ ਮਸੀਤੋਂ ਮੰਜਾ ਲੈਣ ਗਿਆ ਤਾਂ ਹੈਗਾ ਮੁੰਡਾ ਹੁਣ ਮੈਂ ਕੀ ਕਰ ਲਵਾਂ ਭਾਈ ਜਾਨ ਤੁਸੀਂ ਕੀ ਕਿਹਾ ਸੀ ਗੁਫ਼ਤਗੂ ਕਰਨਾ ਹੁਣ ਮੈਂ ਕੀ ਕਰ ਲਵਾਂ ਮੈਂ ਇਹਦੇ ਵਾਸਤੇ ਪਰਾਡੋ ਸਜਾਈ ਆ ਪਰਾਡੋ ਨਾਲ ਸਜਾ ਤੇਰੀ ਮਿਹਰਬਾਨੀ ਹੈ ਇਹਦੇ ਫੁੱਲਾਂ ਦੇ ਹਾਰ ਪਾ ਉਹ ਭਾਈ ਜਾਨ ਮੈਂ ਮਾਲਾ ਬਣਵਾਈ ਇਹਦੇ ਲਈ
मेरी जिल्द बड़ी नाजुक है। अच्छा राणा साहब आपने टेंशन नहीं लेनी, इनको हाथ लगाने दे, लाओ भाई हाथ। हां यार मैं नो टच मी, ओह डोंट टच मी, कहना हाथ नहीं लाना, हाथ नहीं लाना। हुण मैं ए मेकअप जेड़ा दा काले इलम च करना आया, भी मैं पढ़ना आया ते फिर इते इते इनु आ जिन्ना रूप चढ़ना सी चढ़ गया। ओ भाई जी तुहाडे को मैं लिया आया, ओ तुहाडा की यार मेरे को लेके आया, इनु किसे चंगे जे डॉक्टर को लेके जा, मेरे को कद लेके आ गया। ओ शादी है, ओनु तैयार कराना है, शादी है, रात आ तेरी शादी कर लगे आ, लेट हो रहा हूं ना मैं शादी, आ लेट तो हो रहा, लेट हो रहा, मेनू पता है। आ तेरी शादी कर लगे आ। किसकी शादी? ले ओनू शादी दा ही नहीं पता हैगा, ओ तो पता नहीं उतला साहब देन दिया सी, ओ तुम्हारी शादी डड्डू टैप ओनू कह, इसकी शादी ओरे ओनू कुछ नजर आउन दिया आ। हेलो तेरी शादी कर लगे आ, मेरी समझ में नहीं आ रहा। ओरी समझ गई, ओने पीछे साइकिल लाके फरिश्ता फिरन दे आया, कैसी यार तू गल करी जान दे। एक मिनट भाई, ओ तू कह भी हां मेरी शादी है, किसकी शादी है? हां हां शादी, मेरी शादी, हां देख शादी है जे तू नड़ा के लेके जाना, मुश्कपुर लाके जाना हैं, शादी है, की सोना रूप चढ़िया होना है भाई। तुसी ले रहे नु लाइट, तनु पता दी बरात नाल किन्ने बंदे जा रहे? चार तो पक्के है, तो बाकियां दा मैं कह नहीं सकदा भी किने किने रलना नाल, ਜਿਹਨੇ ਕਿ ਤੁਸੀਂ ਬਰਾਤ ਦਾ ਕੰਧਾ ਬਣਾ ਬੈਠੇ। ਯਾਰ ਕੋ ਖਿਆਲ ਕਰੋ, ਅਸੀਂ ਤੁਹਾਡੇ ਕੋਲ ਲੈ ਕੇ ਆਪਣਾ ਦੋਸਤ ਰਾਣਾ ਸਾਹਿਬ, ਰਾਣਾ ਜਬਾਰ ਇੱਕ ਨਾਮ ਹੋਇਆ ਲੱਗ ਜੀ, ਬ੍ਰਾਂਡ ਆ ਰਾਣਾ, ਰਾਣਾ ਬ੍ਰਾਂਡ ਆ। ਚਲੋ ਸ਼ੁਰੂ ਕਰੋ, ਅੱਲਾ ਦੀ ਕਰਨੀ ਹੈ ਜੀ, ਓਏ ਅੱਲਾ ਦੀ ਤਾਂ ਕਰਨੀ ਹੈ ਵੀ ਇਹਦਾ ਵੀ ਕਿਤੇ ਕੰਮ। ਮੈਂ ਯਾਰ ਕਿੱਥੋਂ ਸ਼ੁਰੂ ਹੋ ਜਾਵਾਂ, ਤੂੰ ਗਲਤ ਕਰੀ ਜਾਂਦੇ ਆ। ਤੂੰ ਮੈਨੂੰ ਕਿਹਾ ਸੀ ਮੈਂ 2 ਘੰਟੇ 'ਚ ਬੰਦਾ ਤਿਆਰ ਕਰ, 2 ਘੰਟੇ 'ਚ ਮੈਂ ਮਾਰ ਦਵਾਂ ਉਹਨੂੰ, ਉਹਨੂੰ ਤਾਂ ਇਹ ਨਹੀਂ ਪਤਾ ਮੇਰੀ ਸ਼ਾਦੀ ਆ। ਓ ਤੂੰ ਪੈਸੇ ਲੈ, ਉਹਨੂੰ ਪਤਾ ਸਾਰੇ, ਆਹ ਤੇਰਾ ਵਿਆਹ ਕਰਨ ਲੱਗੇ ਆ ਸਿਰੀ। ਓਕੇ ਕੀ ਕਹਿ ਰਹੇ ਹੋ? ਲੈ ਸ਼ਾਦੀ ਹਾਂ ਸ਼ਾਦੀ, ਤੇਰੀ ਸ਼ਾਦੀ ਆ ਐ ਮਈਤ। ਓਕੇ ਭਾਈ ਹੈ ਨਾ ਤੂੰ ਪਲੀਜ਼ ਰਾਣੇ ਜਵਾਰ ਦਾ, ਮੈਂ ਹੁਣ ਇਹਦੇ ਸ਼ਾਵਰ ਮਾਰਨਾ ਤੇ ਜੇ ਕੰਧ 'ਚ ਵੱਜਾ ਨਾ ਤੇ ਮੇਰਾ ਜ਼ੁਮਾ ਨਹੀਂ ਹੈ, ਮੈਂ ਤੈਨੂੰ ਦੱਸ ਦਵਾਂ, ਇੰਨੀ ਗੱਲ ਜ਼ਿਹਨ 'ਚ ਰੱਖੀ ਭਾਈ। ਇੱਕ ਸੈਕਿੰਡ ਠਹਿਰੋ, ਇੱਕ ਮਿੰਟ ਠਹਿਰੋ, ਤੁਸੀਂ ਜ਼ਰਾ ਪਲੀਜ਼ ਨਰਮ ਹੱਥ ਨਾ ਕਰ ਲਿਓ ਨਾ ਘਾਟਾ ਵਾਦਾ। ਨਰਮ ਹੱਥ ਮੈਂ ਹੁਣ ਜਾਂ ਇੱਦਾਂ ਕਰਦਾ, ਮੈਂ ਕਿਸੇ ਸੋਟੀ ਨਾਲ ਰੂੰ ਲਾ ਲੈਂਦਾ ਹੈਂ, ਉਹ ਮੈਂ ਕਰਕੇ ਇਹਦੇ ਮੂੰਹ 'ਤੇ ਫੇਰ ਦਿੰਦਾ। ਯਾਰ ਤੁਸੀਂ ਕੀ ਕਰਦੇ ਹੋ, ਤੁਹਾਡਾ ਇੱਕ ਮਿਆਰ ਆ, ਤੁਸੀਂ ਉਸ ਹਿਸਾਬ ਨਾਲ ਤਿਆਰ ਕਰੋ। ਤੁਸੀਂ ਸ਼ਾਵਰ ਫੜਾ, ਅੱਜ ਤੌਲੀਆ ਫੜਾ ਛੋਟੇ, ਲੈ ਪੁੱਤੋ ਲਓ ਭਾਈ ਆਪਣਾ ਤੌਲੀਆ ਫੜੋ ਇੱਧਰੋਂ, ਤੁਹਾਡੀ ਮਿਹਰਬਾਨੀ 2 ਘੰਟੇ। ਇੰਨਾ ਲੀਲਾ ਹੋਇਆ ਵਾ, ਇੰਨਾ ਲਹਿਰਾ ਭਾਈ ਜਾਨ, ਕੀ ਕਰਨ ਡਏ ਹੋ ਭਾਜੀ? ਪੜਿਆ ਪੜਾ ਨਾ, ਮੈਂ ਕੁਛ ਪੜਾ ਨਾ, ਨਹੀਂ ਪੜੋ ਤੁਸੀਂ, ਆਹ ਤਾਂ ਮਾੜੀ ਗੱਲ ਆ, ਆਪਸ਼ਨ ਨਾ ਗਾਣਾ ਹੈ ਤੇ ਲਾ ਦਿਓ। ਹਾਂਜੀ ਕਹਿੰਦੇ ਕੋ ਅੱਛਾ ਸੌਂਗ ਤੁਹਾਡੇ ਕੋਲ, ਹਾਂ ਨਹੀਂ ਨਹੀਂ ਕੋਈ ਨਹੀਂ ਰਾਣਾ ਸਾਹਿਬ, ਤੁਸੀਂ ਤਿਆਰੀ ਕਰਾਓ, ਤੁਸੀਂ ਛੱਡੋ ਟਾਈਮ ਥੋੜਾ ਤੁਹਾਡੇ ਕੋ। ਨਰਗਸ ਦਾ ਕੋਈ ਅੱਛਾ ਗਾਣਾ ਹੈ ਤਾਂ ਸੌਂਗ ਜ਼ਰਾ ਲਾ ਦਿਓ ਜ਼ਰਾ। ਨਰਗਸ ਦਾ ਗਾਣਾ ਨਾ ਸੋੜਾ, ਬੰਦੇ ਜਿੰਨੇ ਖਲੋਤੇ ਇਹਨਾਂ ਨੂੰ ਕਹੋ ਮੇਰੇ ਤੇ ਪੜੋ, ਆਪਸ਼ਨ ਨਾ ਲਾ ਦਿਓ, ਹਾਂ ਤੇਰਾ ਗੁਰਾ ਆਸਾਨ ਹੋ ਜਾਵੇ। ਅੱਛਾ ਚਲੋ ਇਦਾਂ ਕਰੋ, ਸੁਣੋ ਨਿਗਮ ਦਾ ਕੋਈ ਨਹੀਂ ਹੈਗਾ ਤੁਹਾਡੇ ਕੋ? ਹੈ ਸੁਣੋ ਨਿਗਮ ਦਾ, ਹਾਂ ਉਹ ਸੌਂਗ ਬਹੁਤ ਮੈਨੂੰ ਪਸੰਦ ਹੈ, ਸੋਨੀ ਨਿਗਮ। ਅੱਛਾ ਭਾਜੀ ਤੁਸੀਂ ਕੰਮ ਸ਼ੁਰੂ ਕਰੋ, ਟਾਈਮ ਨਾ ਵੇਸਟ ਕਰੋ। ਪਰ ਜੀ ਚੈੱਕ, ਤੁਹਾਨੂੰ ਹੋਰ ਗੱਲ ਦੱਸਾਂ ਖੁਸ਼ੀ ਵਾਲੀ, ਸ਼ਾਦੀ ਤੋਂ ਠੀਕ 15 ਦਿਨ ਬਾਅਦ ਵਿਜ਼ਿਟ ਤੇ ਜਾ ਰਹੇ ਨੇ ਕੈਨੇਡਾ ਫੈਮਿਲੀ ਦੇ ਨਾਲ, ਫੈਮਿਲੀ ਜਾ ਰਹੀ ਉੱਥੇ, ਇਹ ਉੱਤੇ ਜਾ ਰਿਹਾ ਆ, ਆ ਹੁਣ ਇੱਥੋਂ ਉੱਠ ਕੇ ਇਹ ਸਿੱਧਾ ਉੱਤੇ ਹੀ ਜਾ ਰਿਹਾ ਭਾਈ ਜਾਨ ਕੈਨੇਡਾ। ਨਹੀਂ ਤੁਸੀਂ, ਤੂੰ ਪਤਾ ਨਹੀਂ ਕਿਹੜੀ ਕਿਹੜੇ ਟਾਈਮ ਦੇ ਹੀ ਜਾਣ ਰਿਹਾ ਇਹਨੂੰ। ਅੱਛਾ ਤੁਸੀਂ ਪਲੀਜ਼ ਜ਼ਰਾ ਜਲਦੀ ਕਰੋ, ਤੁਸੀਂ ਲਾਈਟ ਲੈ ਰਹੇ ਹੋ, ਮੈਂ ਇਹਨਾਂ ਲਈ ਕੈਨੇਡਾ ਹੋਟਲ ਬੁੱਕ ਕਰਾਇਆ। ਹੋਟਲ ਬੁੱਕ ਨਾ ਕਰ, ਇਹ ਲਈ ਕਵਰ ਬੁੱਕ ਕਰ, ਤੂੰ ਕਾਰਨਰ ਵਾਲੀ ਕਰੀ, ਨੁੱਕਰ ਵਾਲੀ, ਜਿੱਥੇ 2 ਦੁਕਾਨਾਂ ਕੱਢ ਕੇ ਕੋਈ ਕੰਮ ਵੀ ਸ਼ੁਰੂ ਕਰ ਲਵੇ। ਯਾਰ ਤੁਸੀਂ ਲਾਈਟ ਲੈ ਰਹੇ ਰਾਣਾ? ਲਾਈਟ ਲੈ, ਮੈਨੂੰ ਲੈ ਹੀ ਨਹੀਂ ਰਿਹਾ, ਲਾਈਟ ਗਈ ਜਾਣ ਡੇ ਸਨੇ ਜੀ, ਯਹਾਂ ਬਾਰਿਸ਼ ਹੋ ਰਹੀ ਹੈ। ਲੈ ਉਹ ਤੂੰ ਐਨਕ ਲਾਉਣੀ ਭੁੱਲ ਗਿਆ ਆ, ਉਤਾਰੋ। ਓਹੋ ਤੁਸੀਂ ਗੱਲ ਹੀ ਸਮਝ ਯਾਰ, ਉਹ ਕਿਸੇ ਹੋਰ ਪਾਸੇ ਜਾਣ ਡਿਆ ਆ, ਤੂੰ ਉਹਨੂੰ ਵਿਆਹਣ ਲਈ ਜਾਣ ਡਿਆ ਆ, ਉਹਨੂੰ ਇਹ ਨਹੀਂ ਪਤਾ ਵੀ ਐਨਕ ਲਾਉਣੀ ਹੈ ਮੈਂ। ਉਹ ਅਸਲ 'ਚ ਉਹਨਾਂ ਨੇ ਲੈਂਸ ਲਵਾਏ ਸੀ ਤਾਂ ਕਰਕੇ ਨਾ ਐਨਕ ਨਹੀਂ ਲਾ ਰਹੇ। ਕੈਸੀ ਗੱਲ ਯਾਰ, ਤੂੰ ਕਰੀ ਜਾਣ ਡਿਆ ਆ, ਇਹ ਦੇਖੋ ਤੁਸੀਂ ਕਰੋ ਸ਼ੁਰੂ ਕੰਮ। ਮਿਊਜ਼ਿਕ ਲਗਾਓ ਕੋਈ ਅੱਛਾ, ਮਿਊਜ਼ਿਕ ਲਾਓ ਸਰ, ਮਿਊਜ਼ਿਕ ਲਾਉਂਦੇ ਆ, ਲਾਓ ਜ਼ਰਾ ਪਲੀਜ਼, ਹਾਂ ਮਿਊਜ਼ਿਕ ਲਾਉਂਦੇ ਤੇਰੇ। ਲੈ ਦੱਸ ਹੁਣ ਮੈਂ ਕਿਹੜੀ ਗਰੀਬ ਲਾਵਾਂ, ਜਿਹੜੀ ਲਾਉਣੀ ਇਹਨੂੰ ਲੜ ਜਾਣੀ ਆ,
मैनू पता है ना भाई जान, तुसी जख्म वाली ला, इन फोड़े वाली क्रीम ला, ये मूँह आराम आवे यार। तुसी ऐ तुसी देखना जो तुसी क्रीम लाउणी है विचों निकलना की है। पहला मैनू लेके दे, मैं भी मैं ना तैनू माफ कीता इहदा कतल, क्योंकि मैनू पता इन्हें मैं कुकना इन्हें पुरबाश हो जाना है। भाई जान की करन डे तुसी होर पासे तुरे, तुसी तैयारी तां करो विचों देखो की निकलदा। हां की निकलेगा विचों? आ मैनू इंज लगदा आ मैं कितें फोड़े ते लाउण डिया आ, ਉਹਦੇ ਨੈ ਨਕਸ਼ ਬਾਹਰ ਨਿਕਲਦਾ ਫਿਰ ਹੀ ਹੈ ਯਾਰ। ਭਾਈ ਜੀ ਬਾਹਰ ਹੋਰ ਕਿੰਨੇ ਕੁ ਨਿਕਲੇ ਹੁਣ, ਅਗਲੇ ਚੌਂਕ 'ਚ ਚੱਲ ਜਾਣ, ਹੱਦ ਹੋ ਗਈ ਹੈ ਯਾਰ। ਚਲੋ ਤੁਸੀਂ ਤਿਆਰ ਕਰੋ, ਤੁਹਾਨੂੰ ਪੈਸੇ ਦੇਣੇ ਆ ਅਸੀਂ। ਪੈਸੇ ਦੇਣੇ ਆ ਜੀ ਰਾਣਾ ਸਾਹਿਬ? ਮੈਂ ਲੇਟ ਹੋ ਰਹਾ ਹਾਂ, ਜਲਦੀ ਕਰੋ। ਜਾ ਹੋਇਆ ਪਹਿਲਾਂ, ਜਾ ਹੋਇਆ ਪਹਿਲਾਂ ਕੰਮ ਹੋਇਆ, ਜਾ ਹੋਇਆ, ਲੇਟ ਹੋ ਰਿਹਾ, ਲੇਟ ਹੋ ਰਿਹਾ, 2 ਘੰਟੇ ਤੇਰੇ ਕੰਮ ਦੇ ਲੱਗਣੇ ਆ। ਉਹ ਭਰਾ ਤੇਰਾ 2 ਘੰਟੇ ਕਹਿਣ ਡਿਆ, ਤੇ ਕੋ ਟਾਈਮ ਨਹੀਂ ਹੈਗਾ। ਨਹੀਂ ਤੁਸੀਂ ਤਿਆਰ ਕਰੋ ਪਲੀਜ਼ ਰਾਣਾ ਸਾਹਿਬ, ਡੋਨਟ ਫਰੀ, ਇਹ ਤੁਸੀਂ ਮਾੜਾ ਜਿਹਾ ਇੱਥੇ ਰੁਕੋ। ਕੈਸੀ ਗੱਲ ਕਰੀ ਜੰਨੇ, ਤੋ ਬਤਾਓ ਨਾ ਜਰਾ ਮੇਰਾ। ਹਾਂ ਜਲਦੀ ਜਲਦੀ ਕਰੋ ਕੰਮ। ਹਾਂਜੀ ਕੋ ਹੋਰ ਦੋਸਤ ਮੰਗਾ ਲਈਏ ਇੱਕ ਦੋ? ਹੈ ਇਹਨੂੰ ਕੀ ਲਾਸ਼ ਲੈ ਜਾਣੀ ਹੈ ਇਹਦੀ? ਮੈਂ ਕਿਹਾ ਵੀ ਜਲਦੀ ਤਿਆਰ ਹੋ, ਹੈ ਵੀ ਗੱਡੀ 'ਚ ਜਦੋਂ ਤਿਆਰ ਹੋ ਜੂ ਗੱਡੀ 'ਚ ਬਿਠਾ ਲਈਓ, ਹੱਦ ਹੋ ਗਈ ਹੈ ਵੀ। ਰਾਣਾ ਸਾਹਿਬ ਕੈਸਾ ਲੱਗ ਰਿਹਾ, ਹੱਥ ਨਰਮ ਇਹਨਾਂ ਦਾ? ਰਾਣਾ ਦੱਸ ਜ਼ਰਾ ਇਹਨਾਂ ਨੂੰ, ਭਾ ਉਹਨਾਂ ਨੂੰ ਦੇਖਿਓ। ਨਹੀਂ ਮੈਂ ਆਵਾਂਗਾ ਭਾ, ਕਿਆ ਪਤਾ। ਰਾਣਾ ਰਾਣਾ ਉਹ ਰਾਣਾ ਉਹ ਰਾਣਾ ਉਹ ਰਾਣਾ ਉਹ ਉਹ ਰਾਣਾ ਉਹ ਰਾਣਾ ਬਹੁਤ ਅੱਛਾ ਦੁਬਈ ਆਇਆ, ਤੂੰ ਮੇਰਾ ਦੋਸਤ ਲੈ ਗਿਆ, ਉਹਨੇ ਖੁਸ਼ੀ ਦੀਆਂ ਘੜੀਆਂ ਵੀ ਨਹੀਂ ਦੇਖੀਆਂ, ਉਹਨੂੰ ਲੈ ਗਿਆ ਤੂੰ ਆ ਦੇਖ। ਨਹੀਂ ਭਾਜੀ ਮੈਂ ਤਾਂ ਕੀਤਾ ਹੀ ਨਹੀਂ, ਤੂੰ ਸਭ ਕੁਛ ਤੂੰ ਹੀ ਕੀਤਾ, ਇਹਦਾ ਕਾਤਲ ਤੂੰ ਹੀ ਆ। ਉਹ ਦੇਖ ਓਏ ਰਾਣਾ, ਤੂੰ ਜ਼ਾਲਮਾ ਖੁਸ਼ੀਆਂ ਵਾਲੇ ਵਿਹੜੇ 'ਚ ਫੂੜੀ ਵਿਛਾਤੀ ਆ। ਓਏ ਰਾਣਾ ਓਏ ਰਾਣਾ, ਉਹ ਕਰਾਚੀ ਮਹਿਮਾਨ ਆ ਗਿਆ। ਓ ਰਾਣਾ ਇਹਨੂੰ ਲੈ ਜਾ ਇਹਨੂੰ ਲੈ ਜਾ ਇਸ ਕੁੱਤੇ ਜਾ ਇਹਨੂੰ ਉੱਠ ਰਾਣਾ ਪੰਜਾਹ ਹਜ਼ਾਰ ਨੂੰ ਕੀ ਕਰਨਾ ਜਦੋਂ ਮੈਂ 6 ਸਾਲ ਅੰਦਰ ਰਹਿਣਾ? 3 ਲੱਖ ਮੈਂ ਨਹੀਂ ਲੈਣੇ, 5 ਲੱਖ ਅੱਲਾ ਦੀ ਕਿਸੇ ਮੈਂ ਨਹੀਂ ਲੈਣੇ, 6 ਲੱਖ ਭਾਜੀ ਮੈਂ ਨਹੀਂ ਕਰਨਾ ਤਿਆਰ, ਮੈਂ ਨਹੀਂ ਕਰਨਾ, ਮੈਂ ਨਹੀਂ ਕਰਨਾ। ਮੇਰੀ ਤਾਂ ਅੱਲਾ ਨੇ ਸੁਣੀ, ਉਹਦੇ ਸਾਹ ਵਾਪਸ ਆ ਗਏ, ਮੈਂ ਤਾਂ ਹੁਣ ਕੜੀ ਲੱਗ ਜਾਣੀ ਸੀ, ਮੈਂ ਕਹਿਣਾ ਮੈਂ ਨਹੀਂ ਜਾਣਾ, ਮੈਂ ਨਹੀਂ ਕਰਨਾ। ਮੈਂ ਕਹਿਤਾ ਭਾਈ ਮੈਂ ਨਹੀਂ ਕਰਨਾ ਤਿਆਰ, ਜੋ ਮਰਜ਼ੀ ਹੋ ਜਾਵੇ। ਚੱਲ ਤਿਆਰ ਕਰ।